खन्ना विच बाइक सवार एक व्यक्ति ने बाइक सवार दो व्यक्तियों नू गोलियां मार दित्तियां। ये वारदात पिंड अलोड़ विखे रेलवे लाइना नेड़े दी है। हालत गंभीर होण करके दोवें व्यक्तियों नू PGI रैफर कर दिता गया। जख्मी होए मेजर सिंह ने दस्सिया कि वह अपने जानकार रोहित कुमार दे नाल मोटरसाइकिल ते जा रहा सी तां अलोड़ रेलवे लाइना कोल एक व्यक्ति औरत पहरावा पा के खड़ा सी जिस वल्लों इकदम गोलियां चला दित्तियां गईयां। दूजे पासे GRP सरहंद दे SHO सुधीर मलिक ने मामले की पुष्टि की ते जांच करन दी गल कही। अच्छा जी घटना हुई है किथे हुई है ते की कारण है? अलोड़ पिंड को हुई है। ਤੇ ਕੀ ਹੋਇਆ ਕੀ ਸੀਗਾ? ਅਸੀਂ ਉਹਦੇ ਕੋਲ ਚੀਜ਼ ਲਗਣ ਲੱਗੇ ਸੀ, ਇਹਨੇ ਪਿੱਛੋਂ ਗੋਲੀ ਮਾਰ ਕੇ ਡਿੱਗ ਗਿਆ ਸੀ। ਤੁਸੀਂ ਕਾਤੇ ਸੀ? ਅਸੀਂ ਮੋਟਰਸਾਈਕਲ ਤੇ ਸੀ। ਵਿਅਕਤੀ ਕੌਣ ਸੀਗਾ ਜਿਹਨੇ ਤੁਹਾਡੇ ਦੇ ਮਾਰ? ਪਤਾ ਨਹੀਂ, ਬਹੁਤ ਲੰਬਾ ਬੰਦਾ ਸੀ, ਲੰਬਾ ਸੀਗਾ, ਐਂਕਾਂ ਲੱਗੀਆਂ ਸੀ ਉਹਦੇ, ਪਾਨਾ ਜਿਹਾ ਬੰਨਿਆ ਸੀ ਸਿਰ ਤੇ, ਸੂਟ ਪਾਇਆ ਸੀ। ਤੇ ਕੁਛ ਬੋਲਿਆ ਵੀ ਹੈ ਜਾਂ ਕੁਛ ਕਿਹਾ ਵੀ ਸੀ? ਜਮਾਂ ਨਹੀਂ। ਫਿਰ ਤੁਹਾਡਾ ਤੁਸੀਂ ਕਿੱਦਾਂ ਜਾਣ ਬਚਾਈ ਵੱਜ ਕੇ? किस जगह ਰੋਹਿਤ ਕੁਮਾਰ ਹੈ ਵੀਰੇ। ਅੱਛਾ ਜਿਹੜੀ ਘਟਨਾ ਹੋਈ ਹੈ ਕਿੱਥੇ ਹੋਈ ਹੈ ਤੇ ਕਿਵੇਂ ਹੋਈ ਹੈ, ਕਾਰਨ ਕੀ ਹੈ ਦਾ? ਵੀਰੇ ਕਾਰਨ ਦਾ ਤਾਂ ਸਾਨੂੰ ਪਤਾ ਨਹੀਂ ਗਾ, ਅਸੀਂ ਤਾਂ ਡਿਊਟੀ ਕਰਕੇ ਆ ਰਹੇ ਸੀਗੇ, ਅਸੀਂ ਉੱਥੇ ਖੜ ਕੇ ਲਾਈਨਾਂ ਤੇ ਚਾਹ ਪੀ ਰਹੇ ਸੀਗੇ, ਚਾਹ ਪੀ ਕੇ ਅਸੀਂ ਚੱਲਣ ਹੀ ਲੱਗੇ ਹਾਂ। ਬੰਦਾ ਚਾਹ ਸਾਡੇ ਚਾਹ ਪੀਂਦੇ ਪੀਂਦੇ ਦੋ ਤਿੰਨ ਚੱਕਰ ਲਾਏ ਉਹਨੇ ਐਕਟਿਵਾ ਦੇ, ਕਾਫੀ ਤੇਜ਼ ਐਕਟਿਵਾ ਸੀਗੀ। ਫਿਰ ਉਹਨੇ ਅੱਗੇ ਹੀ ਜਾ ਕੇ ਐਕਟਿਵਾ ਖੜਾ ਲਈ, ਮੈਂ ਕਿਹਾ ਵੀਰੇ ਚਾਹ ਹੁਣ ਪੀ ਲਈ, ਚਾਹ ਚੱਲਦੇ ਹਾਂ। ਅਸੀਂ ਉਹਦੇ ਕੋਲ ਗਏ ਹੀ ਹਾਂ, ਬਸ ਉਹਨੇ ਜਦੇ ਗੋਲੀਆਂ ਤੇ ਗੋਲੀਆਂ ਚਲਾਈਆਂ ਨੇ। तीन चार साल हो गए ड्यूटी करके। ਕਿੱਥੇ ਕੰਮ ਕਿੱਥੇ ਕਰਦੇ ਹੋ? ਵੀਰੇ ਮੈਂ ਤਾਂ ਹਿੰਦੁਸਤਾਨ ਲੀਵਰ ਕੰਪਨੀ ਚ ਕੰਮ ਕਰਦਾ। ਕੋਈ ਰੰਜਿਸ਼? ਕੋਈ ਨੀ ਵੀਰੇ, ਮੇਰੇ ਵਾਸਤੇ ਕਿਸੇ ਨਾਲ ਕੋਈ ਲੜਾਈ ਨੀ ਹੋਈ ਰੰਜਿਸ਼। ਰਹਿਣ ਵਾਸੀ ਕਿੱਥੇ ਦੇ ਹੋ? ਮੈਂ ਵੀਰੇ ਗੋਬਿੰਦਗੜ ਤੋਂ। ਕਿੰਨੀਆਂ ਗੋਲੀਆਂ ਲੱਗੀਆਂ ਤੁਹਾਡੇ? ਵੀਰੇ ਗੋਲੀ ਤਿੰਨ ਲੱਗਦਾ ਮੈਨੂੰ ਲੱਗੀ ਹੋਈਆਂ ਨੇ। ਮੰਗਦੇ ਕਹਿੰਦੇ ਵੀਰ ਜੀ ਜੋ ਬਣਦੀ ਹੈ ਠੀਕ ਹੈ ਨਾ ਜੀ, ਜਿਹਨੂੰ ਲੱਗੀ ਹੈ ਕੋਈ, ਦੇਖੋ ਕਿਹਨੇ ਮਾਰੀ ਹੈ, ਕੀ ਦੁਸ਼ਮਣੀ ਕੋਈ ਨੀ ਸੀ ਮੁੰਡੇ ਦੀ। ਹਿੰਦੁਸਤਾਨ ਲੀਵਰ ਕੰਪਨੀ ਚ ਕੰਮ ਕਰਦੇ ਜੀ, ਖੰਨੇ ਇਹਨਾਂ ਦੀ ਡਿਊਟੀ ਲੱਗੀ ਹੋਈ ਹੈ, ਖੰਨੇ ਆਉਂਦੇ ਆ। ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ? ਸਾਨੂੰ ਹੁਣ ਇੱਥੋਂ ਹੀ ਫੋਨ ਗਿਆ ਸਿਵਲ ਹਸਪੀਟਲ ਚੋਂ ਵੀ ਤੁਹਾਡੇ ਬੰਦੇ ਤੇ ਗੋਲੀ ਵੱਜੀ ਹੈ, ਤੁਸੀਂ ਫਟਾਫਟ ਸਿਵਲ ਹਸਪੀਟਲ ਪਹੁੰਚ ਜਾਓ। ਉਸ ਤਾਂ ਆਏ ਆ। ਕਿੰਨੇ ਗੋਲੀਆਂ ਲੱਗੀਆਂ ਜੀ? ਗੋਲੀਆਂ ਦਾ ਸਾਨੂੰ ਪਤਾ ਨਹੀਂ, ਇੱਕ ਤਾਂ ਜਿਹੜਾ ਨਾਲ ਸੀਗਾ ਇੱਕ ਉਹਨੇ ਕਹਿੰਦੇ ਢਿੱਡ ਚ ਲੱਗੀ ਆ, ਤੇ ਸਾਡੇ ਦਿਮਾਗ ਕਹਿੰਦੇ ਇਹਨਾਂ ਦੇ ਲੱਤ ਚ ਲੱਗੀ ਆ, ਪੱਟ ਚ ਲੱਗੀ ਆ ਗੋਲੀ। ਕੋਈ ਕਿਸੇ ਨਾਲ ਰੰਜਿਸ਼ ਵਗੈਰਾ ਹੈਗੀ? ਨੋ ਜੀ ਨੋ, ਸਾਡੀ ਕਿਸੇ ਨਾਲ ਕੁਝ ਨਹੀਂ। ਬਹੁਤ ਸਾਫ ਹੈ ਜੀ। ਤੁਹਾਨੂੰ ਕੀ ਲੱਗਦਾ ਜੀ? ਸਾਨੂੰ ਕੋਈ ਇਹੋ ਜਿਹਾ ਹੈ ਹੀ ਨਹੀਂ ਸੀ, ਕੋਈ ਵੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਕਦੇ ਸਿੱਧੇ ਆਣਾ ਸਿੱਧੇ ਜਾਣਾ, ਕਿਸੇ ਨਾਲ ਬੋਲ ਚਾਲ ਵੀ ਨਹੀਂ ਕਦੇ। ਕੋਈ ਸਮਾਨ ਤਾਂ ਨਹੀਂ ਲੁੱਟਿਆ ਜੀ? ਹੁਣ ਤਾਂ ਕੋਈ ਨਾਲ ਕੁਝ ਆਇਆ ਹੀ ਨਹੀਂ ਹੈ, ਕਿਵੇਂ ਕਹਿ ਦਈਏ? ATM ਵਗੈਰਾ ਸਭ ਕੁਝ ਉੱਥੇ ਨਾਲ ਹੀ ਹੈ, ਉਹਨਾਂ ਦੇ ਬੈਗ ਵਿੱਚ ਹੀ ਹੈ, ਬੈਗ ਵੀ ਹਲੇ ਕੁਝ ਸਮਾਨ ਸਾਡਾ ਨਹੀਂ ਆਇਆ। ਜਾ ਕਿੱਥੇ ਰਹੇ ਸੀ ਜੀ? ਇਹ ਜਾ ਮੰਡੀ ਗੋਬਿੰਦਗੜ ਡਿਊਟੀ ਤੋਂ ਵਾਪਸ ਮੰਡੀ ਗੋਬਿੰਦਗੜ ਆ ਰਹੇ ਸੀਗੇ। ਮਤਲਬ ਕੀ ਹੈ ਜੀ? ਕੀ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਗੋਬਿੰਦਗੜ੍ਹ ਰੇਲਵੇ ਲਾਈਨ ਦੇ ਨੇੜੇ ਜਿਹੜੇ ਕਿ ਗੋਲੀਆਂ ਚੱਲੀਆਂ, ਜਿਹਦੇ ਵਿੱਚ ਦੋ ਵਿਅਕਤੀਆਂ ਜਿਹੜੇ ਉਹ ਘਾਇਲ ਹੋ ਗਏ ਹੈ, ਅਤੇ ਅਸੀਂ ਮੌਕੇ 'ਤੇ ਪਹੁੰਚੇ ਹਾਂ। ਮੌਕੇ 'ਤੇ ਪਹੁੰਚਣ ਤੋਂ ਪਤਾ ਲੱਗਿਆ ਕਿ ਜਿਹੜਾ ਕਿ ਇੱਕ ਬਾਈਕ ਇੱਥੇ ਪਈ ਹੈ ਅਤੇ ਕੁਛ ਖੋਲ ਪਏ ਆ ਇੱਥੇ, ਅਤੇ ਜਿਹੜੇ ਦੋ ਜਿਨ੍ਹਾਂ ਨੂੰ ਜ਼ਖਮੀ ਜਿਹੜੇ ਬੰਦੇ ਜ਼ਖਮੀ ਹੋਏ ਸੀ ਉਹਨਾਂ ਨੂੰ PGI ਰੈਫਰ ਕਰ ਦਿੱਤਾ ਗਿਆ। ਬਾਕੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ, ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਕਰਾਂਗੇ।